ਬੈਂਕ ਵਿਆਜ ਦਰਾਂ ਵਿੱਚ ਫੇਰ 0.25 ਬੇਸਿਸ ਪੁਆਇੰਟਸ ਦਾ ਵਾਅਦਾ ਕਰ ਦਿੱਤਾ ਗਿਆ ਹੈ ਤੇ ਪਹਿਲਾਂ ਤਾਂ ਇਹ ਦੱਸੋ ਕਿ ਅੱਜ ਜਿਹੜਾ ਵਾਅਦਾ ਕੀਤਾ ਗਿਆ ਇਹਦੇ ਨਾਲ ਮਾਰਗੇਜ ਅਪਰੂਵਲ ਹੋਣ ਤੇ ਪੇਮੈਂਟ ਤੇ ਕੁਆਲੀਫਿਕੇਸ਼ਨ ਤੇ ਕਿੰਨਾ ਕੁ ਅਸਰ ਦੇਖਣ ਨੂੰ ਮਿਲੇਗਾ ਜੀ ਜਿਹੜੇ ਪਿਛਲੇ ਸਾਲ ਨਾਲੋਂ ਸਿਰਫ 1.86% ਜੀ ਹਾਇਰ ਆ ਪਰ ਜੇ ਪਿਛਲੇ ਆਪਾਂ April ਨਾਲ ਕਰੀਏ ਤਾਂ 2690 ਕਰ ਵਿਕੇ ਸਾਰ ਹਾਂ ਲੇਕਿਨ ਜਿਹੜੇ 38% ਕਾਰਨ ਨੇ ਜਿਹੜੇ ਕਿ ਉਹ ਘੱਟ ਸੇਲ ਤੇ ਲੱਗੇ ਨੇ ਸੋ ਉਹਨਾਂ ਕੋ ਬਾਇਰਸ ਕੋ ਇਨਵੈਂਟਰੀ ਜਿਹੜੀ ਆ ਘੱਟ ਗਈ ਖਰੀਦਣ ਲਈ ਜਿਹੜਾ ਕਹਿੰਦੇ ਜਾਗ ਬੈਂਕ ਮੈਂ ਮੇਰਾ ਸਵਾਲ ਇਹ ਹੈ ਬੈਂਕ ਪਹਿਲਾਂ ਸੁੱਤਾ ਪਿਆ ਸੀ ਬੈਂਕ ਕੋਲ ਇੱਕੋ ਹੀ ਕੰਮ ਆ ਬੈਂਕ ਨੇ ਹੋਰ ਕੋਈ ਕੰਮ ਨਹੀਂ ਕਰਨਾ ਹੁੰਦਾ ਸਵਾਏ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਿੱਚ ਇਕਨੋਮੀ ਦੀ ਗਰੋਥ ਨੂੰ ਸੈੱਟ ਰੱਖਣ ਵਿੱਚ ਆਪਣਾ ਰੋਲ ਨਿਭਾਉਣਾ ਹੁੰਦਾ ਇਹ ਪਿਛਲੇ 8 ਸਾਲਾਂ ਤੋਂ ਸੁੱਤੇ ਪਏ ਸੀ ਬੈਂਕ ਵਿਆਜ ਦਰਾਂ ਵਿੱਚ ਫੇਰ 0.25 ਬੇਸਿਸ ਪੁਆਇੰਟ ਦਾ ਵਾਅਦਾ ਕਰ ਦਿੱਤਾ ਗਿਆ ਹੈ ਤੇ ਇਸ ਵਾਅਦੇ ਦਾ ਕੀ ਮਤਲਬ ਹੈ ਇਹਦੇ ਬਾਰੇ ਵਿੱਚ ਅੱਜ ਦੀ ਗੱਲਬਾਤ ਆਪਾਂ ਹੁਣ ਕਰਦੇ ਹਾਂ ਜੀ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਜੀ ਅਸਮਾਨ ਜੀ ਨੇ ਗੁਰਪ੍ਰੀਤ ਮਾਨ ਜੀ ਮਾਰਗੇਜ ਅਲਾਈਅੰਸ ਨਾਲ ਵੀ ਕੰਮ ਕਰਦੇ ਨੇ ਰੀਅਲਟਰ ਵੀ ਨੇ ਬ੍ਰੋਕਰ ਵੀ ਨੇ ਮਾਰਗੇਜ ਦੇ ਐਕਸਪਰਟ ਵੀ ਨੇ ਕਈ ਸਾਥੀਆਂ ਨਾਲ ਜੁੜੇ ਹੋਏ ਨੇ ਜੀ ਇਹਨਾਂ ਦਾ ਦਫ਼ਤਰ ਦਾ ਨੰਬਰ ਵੀ ਸਾਥ ਹੈ ਟੈਲੀਫੋਨ ਨੰਬਰ 587 777 7000 ਹੈ ਤੇ ਅੱਜ ਦੇਖਦੇ ਆ ਜੀ ਇਹ ਇਹਨਾਂ ਦਾ ਜ਼ੋਰ ਲੱਗਿਆ ਕਿ ਬੈਂਕ ਵਿਆਜ ਦਰਾਂ 7% ਤੇ ਜਾਣੀਆਂ ਚਾਹੀਦੀਆਂ ਨੇ ਮਾਨ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਹੈ ਜੀ ਤੁਸੀਂ ਤੁਹਾਨੂੰ ਤੇ ਤਾਰੇ ਸਾਰੇ ਸੋਨ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਪਰ ਇਹਨਾਂ ਪਾਪ ਨਾ ਮੇਰੇ ਸੱਚੜਾ ਹੋ ਮੈਂ ਕਿਹਾ ਤੁਸੀਂ 7 ਜਾਣ ਕੇ ਰੱਖਿਆ ਵੀ ਹੈ 7 ਬਸ ਧਿਆਨ ਰੱਖੋ ਵੀ 7 ਤੇ ਪਹੁੰਚ ਜਾਣੀਆਂ ਹੈ ਮੈਂ ਕਿੰਨਾ ਜੀ 0.7 ਤੇ ਪਹੁੰਚ ਜਾਣਾ ਤੇ ਪਹਿਲਾਂ ਤੇ ਇਹ ਦੱਸੋ ਕਿ ਅੱਜ ਜਿਹੜਾ ਵਾਅਦਾ ਕੀਤਾ ਗਿਆ ਇਹਦੇ ਨਾਲ ਮਾਰਗੇਜ ਅਪਰੂਵਲ ਹੋਣ ਤੇ ਪੇਮੈਂਟ ਤੇ ਕੁਆਲੀਫਿਕੇਸ਼ਨ ਤੇ ਕਿੰਨਾ ਕੁ ਅਸਰ ਦੇਖਣ ਨੂੰ ਮਿਲੇਗਾ ਜੀ ਜੇ ਨਾ ਅੱਜ 25 ਸੈਂਟ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਬੈਂਕ ਆਫ ਕੈਨੇਡਾ ਦਾ ਓਵਰਨਾਈਟ ਰੇਟ 4.75 ਹੋ ਗਿਆ ਇਸ ਨਾਲ ਜਿਹੜਾ ਮਾਰਗੇਜ ਅਪਰੂਵਲ ਇਹ ਕੁਆਲੀਫਿਕੇਸ਼ਨ ਜਿਹੜੀ ਫੈਮਿਲੀ ਦੀ ਹਾਊਸਹੋਲਡ ਇਨਕਮ 1 ਲੱਖ ਡਾਲਰ ਹੈ ਉਹਨਾਂ ਨੂੰ ਵੀਕ ਤੋਂ 25000 ਡਾਲਰ ਦਾ ਅਪਰੂਵਲ ਅਮਾਉਂਟ ਘਟ ਗਿਆ ਹੈ। ਅ 25% ਵਧਨ ਦੇ ਨਾਲ ਜਿਹੜੀ ਪੇਮੈਂਟ ਹੈ ਉਹਦੇ ਵਿੱਚ 14 ਤੋਂ 15 ਡਾਲਰ ਪਰ 100000 ਡਾਲਰ ਸੋ ਜੇ ਔਨ ਐਵਰੇਜ 5 ਲੱਖ ਦੀ ਮੌਰਗੇਜ ਹੈ ਤਾਂ 75 ਜਿਹੜਾ ਉਸਾਰਨਾ ਡਾਲਰ ਦਾ ਫਰਕ ਪੈ ਗਿਆ। ਹਾਂ। ਸੋ ਮੌਰਗੇਜ ਵੀ ਵੱਧ ਗਈ। ਅਗੋਂ ਜਿਹਨਾਂ ਨੇ ਲੈਣਾ ਉਹਨਾਂ ਦੀ ਕੈਪੈਸਿਟੀ ਘਟ ਗਈ। ਹਾਂਜੀ। ਤੇ ਚਾ ਚਲੋ। ਤੇ ਫੈਮਿਲੀ ਦੀ ਜਿਹੜੀ ਕਾਸਟ ਕਟਿੰਗ ਸਿਸਟਮ ਹੈ ਉਹ ਤੇ ਕਿੰਨਾ ਅਸਰ ਪਾਏਗਾ ਜੀ ਹਿੰਜ ਜਦੋਂ ਆਪਾਂ ਵਿਆਜ ਵਧ ਦੇ ਦੇਣਾ ਫਿਰ ਗਰੋਸਰੀ ਘੱਟ ਖਰੀਦ ਲਾਂਗੇ ਤੇ ਜਿਹੜਾ ਰੋਟੀ ਘੱਟ ਖਾਵਾਂਗੇ ਰੋਟੀ ਘੱਟ ਖਾਵਾਂਗੇ ਇਹੀ ਹੋ ਸਕਦਾ ਹੁਣ ਤੇ ਢਿੱਡ ਨੂੰ ਰੱਸੀ ਬੰਨ ਲਈਏ ਹੁਣ ਪਰ ਉਹਦੇ ਨਾਲ ਫਿਰ ਜਿਹੜੀ ਘੱਟ-ਘੱਟ ਬਾਕੀ ਚੀਜ਼ਾਂ ਤੇ ਇਨਫਲੇਸ਼ਨ ਆ ਉਹ ਘਟੇਗੀ ਇਹਦਾ ਮਤਲਬ ਇਹ ਹੈ ਜਾਂ ਤਾਂ ਘਰ ਦੀ ਕਿਸ਼ਤ ਦੇ ਲੋ ਤੇ ਜਾਂ ਰੋਟੀ ਖਾ ਲੋ ਇੱਕ ਇੱਕ ਚੀਜ਼ ਹਾਲਾਤ ਤਾਂ ਇਹੀ ਬਣ ਗਏ ਨੇ ਇਸ ਵੇਲੇ ਪਰ ਇਹ ਜੋ ਵੀ ਹੋ ਰਿਹਾ ਹੈ ਜਾਂ ਇਹਦੇ ਵਿੱਚ ਬਹੁਤ ਸਾਰੇ ਕੁਐਸਚਨ ਉੱਠ ਰਹੇ ਨੇ ਪਾਰਲੀਮੈਂਟ ਵੀ ਇਹ ਮੁੱਦਾ ਬਹੁਤ ਵਾਰ ਹੀ ਠਾਇਆ ਗਿਆ ਹੈ ਹਰ ਜਗ੍ਹਾ ਗਵਰਨਮੈਂਟ ਨੂੰ ਇਸ ਕੁਐਸਚਨ ਪੁੱਛਿਆ ਜਾ ਰਿਹਾ ਹੈ ਹਰ ਇੱਕ ਲੈਵਲ ਤੇ ਪੁੱਛਿਆ ਜਾ ਰਿਹਾ ਤੇ ਦੇਖੋ ਅੱਗੇ ਇਸ ਦੇ ਵਿੱਚ ਕੀ ਹੋ ਰਿਹਾ ਜਿਹੜੀ ਹੈ ਰੀਅਲ ਏਸਟੇਟ ਦੀਆਂ ਰਿਪੋਰਟਸ ਆ ਰਹੀਆਂ ਨੇ ਮਾਰਚ ਵਿੱਚ ਮਈ ਵਿੱਚ ਬੜੇ ਘਰ ਵਿਕੇ ਨੇ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਉਹ ਉਹ ਜੇ ਮਾਰਕੀਟ ਤੁਰਨ ਲੱਗੀ ਸੀ ਤੇ ਹੁਣ ਫੇਰ ਇਹ ਵਿੱਚ ਰੈਂਚ ਆ ਗਿਆ ਵਿੱਚ ਪਾਤਾ ਚਲਦੀ ਮਸ਼ੀਨ ਚ ਮਾਰਕੀਟ ਦੇਖੋ ਜੀ ਜਿਹੜੇ ਚਲਣੀ ਹੈ ਉਹਦੇ ਦੋ ਤਿੰਨ ਅਲੱਗ ਫੈਕਟਰ ਨੇ ਇੱਕ ਤੇ ਹਰ ਮਹੀਨੇ ਨਵੇਂ ਬਾਏਰ ਪੈਦਾ ਹੁੰਦੇ ਨੇ ਜਿਵੇਂ ਆਪਾਂ ਇੰਡੀਆ ਦੇ ਨਾਲ ਕੰਪੇਅਰ ਕਰੀਏ ਤਾਂ ਦਿੱਲੀ ਬੰਬਈ ਵਰਗੇ ਸ਼ਹਿਰਾਂ ਚ ਜਿੱਥੇ ਲੋਕ ਚੰਡੀਗੜ੍ਹ ਵਰਗੇ ਸ਼ਹਿਰਾਂ ਜਿੱਥੇ ਸਾਰੇ ਲੋਕ ਮਾਈਗ੍ਰੇਟ ਹੁੰਦੇ ਨੇ ਪਿੰਡਾਂ ਤੋਂ ਛੋਟੇ ਸ਼ਹਿਰਾਂ ਤੋਂ ਉੱਥੇ ਪ੍ਰਾਈਸਿਜ਼ ਵੱਧਦੀਆਂ ਜਾਂ ਘਟਦੀਆਂ ਇਹ ਆਉਂਦੀਆਂ ਨੇ ਸੋ ਕੈਲਗਰੀ ਜਾਂ ਕੈਨੇਡਾ ਦੇ ਵਿੱਚ ਦੇਖਿਆ ਜਾਵੇ ਤਾਂ ਸਾਰੀ ਦੁਨੀਆ ਚ ਲੋਕ ਮਾਈਗ੍ਰੇਟ ਹੁੰਦੇ ਨੇ ਸੋ ਉਹਨਾਂ ਨੂੰ ਇੱਕ ਰਿਕੁਆਇਰਮੈਂਟ ਹੈ ਉਹ ਜਿਹੜੇ ਇੱਕ ਬੇਬੀ ਬੂਮਰਸ ਵਾਂਗੂ ਜਿਹੜੇ ਮਾਈਗ੍ਰੇਟ ਨੇ ਸਾਤ ਦੋ ਸਾਲ ਹੋ ਗਏ ਤਿੰਨ ਸਾਲ ਹੋ ਗਏ ਮਾਈਗ੍ਰੇਟ ਹੋਏ ਸੀ ਦੇ ਆ ਰੈਡੀ ਟੂ ਬਾਈ ਹਾਊਸ ਹੇਸ ਹੋਰ ਜਿਹੜੀਆਂ ਜਿਹੜੇ ਇੱਥੋਂ ਦੇ ਬੱਚੇ ਨੇ ਜਿਹੜੇ ਸਕੂਲਿੰਗ ਆਪਣੀ ਫਿਨਿਸ਼ ਕਰ ਚੁੱਕੇ ਨੇ ਕਾਲਜ ਫਿਨਿਸ਼ ਕਰਕੇ ਜੌਬ ਤੇ ਲੱਗ ਗਏ ਨੇ ਸੋ ਇਦਾਂ ਦੇ ਜਿਹੜੇ ਜੇ ਆਪਾਂ ਕੈਲਗਰੀ ਦੇ ਵਿੱਚ ਨੰਬਰਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ 3 ਤੋਂ 4000 ਫੈਮਲੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਘਰ ਥੀ ਲੈਣ ਦੀ ਲੋੜ ਹੁੰਦੀ ਹੈ ਉਹਨੂੰ ਜੇ ਆਪਾਂ ਹੁਣ ਮਈ ਦੇ ਵਿੱਚ ਦੇਖੀਏ ਤਾਂ 3120 ਘਰ ਵਿਕੇ ਹਾਂ ਹਾਂ ਜਿਹੜੇ ਪਿਛਲੇ ਸਾਲ ਨਾਲੋਂ ਸਿਰਫ 1.86% ਹੀ ਹਾਇਰ ਆ ਪਰ ਜੇ ਪਿਛਲੇ ਆਪਾਂ April ਨਾਲ ਕਰੀਏ ਤਾਂ 2690 ਕਾਰ ਵਿਕੇ ਸੋ ਇਹਦਾ ਮਤਲਬ ਕਿ ਜਿਹੜੀ ਸੇਲ ਹੈ ਉਹਦੇ ਵਿੱਚ ਕੋਈ ਗਰਾਵਟ ਨਹੀਂ ਆਈ ਬਲਕਿ ਥੋੜਾ ਇਜ਼ਾਫਾ ਹੀ ਹੋਇਆ ਪਰ ਇਹਨੂੰ ਕਹਿ ਸਕਦੇ ਆ ਥੋੜਾ ਵਾਧਾ ਹੋਇਆ ਪਰ ਇਹਦੇ ਵਿੱਚ ਜਿਹੜੀ ਵੱਡੀ ਗੱਲ ਹੈ ਲਾਸਟ ਈਅਰ ਮਈ ਦੇ ਵਿੱਚ ਜੇ ਆਪਾਂ ਦੇਖੀਏ ਤਾਂ 5200 ਨਵੀਂ ਲਿਸਟਿੰਗ ਆਈ ਸੀ 950 ਲੋਕਾਂ ਨੇ ਘਰ ਸੇਲ ਤੇ ਲਾਏ ਸੀ ਮਈ ਦੇ ਮਹੀਨੇ ਦੇ ਵਿੱਚ ਬਲਕਿ ਇਸ ਸਾਲ ਸਿਰਫ 3200 ਘਰ ਲੱਗੇ ਨੇ ਸੋ 38% ਜਿਹੜੇ ਲੈਸ ਘਰ ਬਾイヤਸ ਹੋਣੇ ਹੀ ਨੇ ਖਰੀਦਣ ਵਾਲੇ ਵੀ ਉਸੇ ਸਪੀਡ ਨਾਲ ਆ ਰਹੇ ਨੇ ਔਰ ਲੇਕਿਨ ਜਿਹੜੇ 38% ਘਰ ਨੇ ਜਿਹੜੇ ਕਿ ਉਹ ਘੱਟ ਸੇਲ ਤੇ ਲੱਗੇ ਨੇ ਸੋ ਉਹਨਾਂ ਕੋ ਬਾਇਰਸ ਕੋ ਇਨਵੈਂਟਰੀ ਜਿਹੜੀ ਆ ਘਟ ਗਈ ਖਰੀਦਣ ਲਈ ਸੋ ਜਦੋਂ ਸਪਲਾਈ ਡਿਮਾਂਡ ਜਿਹੜੀ ਆਪਾਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਹਾਂ ਜਦੋਂ ਉਹਦੇ ਵਿੱਚ ਜਦੋਂ ਸਪਲਾਈ ਘਟ ਗਈ ਹੈ ਤੇ ਕੀਮਤ ਵਧ ਜਾਏਗੀ ਔਰ ਡਿਮਾਂਡ ਹੁੰਦਾ ਦੀ ਉਦਾਂ ਹੀ ਪਈ ਹੈ ਤਾਂ ਫਿਰ ਉਹ ਜਿਹੜਾ ਆ ਕੀਮਤ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਸੇਲਸ ਵੀ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਔਰ ਜਿਹੜੇ ਇਨਫਲੇਸ਼ਨ ਹੈ ਜਾਂ ਜੀਡੀਪੀ ਹੈ ਜਾਂ ਇਹ ਚੀਜ਼ਾਂ ਦੇ ਅੱਡ-ਅੱਡ ਮਤਲਬ ਨੇ ਇਹਦਾ ਸਰਕਾਰਾਂ ਦੀ ਆਪਣੀ ਮਰਜ਼ੀ ਕਿਹੜੀ ਚੀਜ਼ ਕਿੱਥੇ ਜੋੜਨੀ ਪਰ ਇਹ ਕਹਿਣਾ ਬਿਲਕੁਲ ਗਲਤ ਹੋਏਗਾ ਕਿ ਹਾਊਸਿੰਗ ਮਾਰਕੀਟ ਜਿਹੜੀ ਹੈ ਉਹ ਡਾਇਰੈਕਟਲੀ ਰਿਲੇਟਡ ਟੂ ਇਨਫਲੇਸ਼ਨ ਹੈ ਸੋ ਹੁਣ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੰਗ ਵਧੀ ਜਾਂ ਜਾਂ ਇਨਵੈਂਟਰੀ ਕਟੀ ਇਹਦੇ ਨਾਲ ਸਪਲਾਈ ਕਟੀ ਤੇ ਕੀਮਤਾਂ ਵੱਧ ਜਾਣਗੀਆਂ ਇੱਕ ਪਾਸੇ ਕੀਮਤਾਂ ਵੱਧ ਰਹੀਆਂ ਨੇ ਦੂਜੇ ਪਾਸੇ ਵਿਆਜ ਦਰਾਂ ਵੱਧ ਰਹੀਆਂ ਨੇ ਕਿ ਕਿੱਥੇ ਇੱਕ ਬੈਲੈਂਸ ਬਣੂਗਾ ਕਿਵੇਂ ਬੈਲੈਂਸ ਬਣੇਗਾ ਤੁਸੀਂ ਕਿਵੇਂ ਦੇਖਦੇ ਹੋ ਇਦ ਲਈ ਕਾਫੀ ਜਿਹੜੇ ਜਿਹੜੇ ਵਿਚਾਰ ਹੋਈ ਹੈ ਜਰੀਏ ਨੂੰ ਬੈਲੈਂਸ ਕਰਨ ਵਾਸਤੇ ਜਿਵੇਂ ਕਿ ਆਪਣੇ ਆਪੋਜੀਸ਼ਨ ਦੇ ਜਿਹੜੇ ਲੀਡਰ ਨੇ ਸਰ ਪੌਲੀਵਰ ਹੋਣੀ ਉਹਨਾਂ ਨੇ ਇਹਦੇ ਉੱਤੇ ਇੱਕ ਬਹੁਤ ਵੱਡਾ ਲੈਕਚਰ ਵੀ ਦਿੱਤਾ ਸੀਗਾ ਕਿ ਕਿਸ ਤਰ੍ਹਾਂ ਇਹ ਚੀਜ਼ ਪਾਰਲਮੈਂਟ ਵਿੱਚ ਪੀਅਰ ਪੋਲੀਆਵ ਨੇ ਹਾਊਸ ਆਫ ਕਾਮਰਸ ਦੇ ਵਿੱਚ ਇਹਦੀ ਗੱਲ ਕੀਤੀ ਹੈ ਸਾਨੂੰ ਉਹਦੇ ਬਾਰੇ ਦੱਸੋ ਹਾਂ ਜੀ ਕੀ ਕਿਹਾ ਉਹਨਾਂ ਨੇ ਹਾਂਜੀ ਬੋਲੀਵਰ ਹੋਰਨੀਆਂ ਦੇ ਵਿੱਚ ਇਹ ਕਿਹਾ ਸੀਗਾ ਕਿ ਜਿਹੜਾ ਜੇ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਗੱਲ ਕਰਦੇ ਆ ਉਹਨਾਂ ਨੇ 2 ਪੁਆਇੰਟ ਕਹੇ ਸੀ ਕਿ ਜਦ ਘਰਾਂ ਦੀ ਲੋੜ ਬਣਾਉਣ ਦੀ ਸੀ ਉਦੋਂ ਜਿਹੜੀ ਇਹ ਗਵਰਨਮੈਂਟ ਹੈ ਜਾਂ ਮਿਊਨਿਸਪੈਲਿਟੀਆਂ ਨੇ ਉਹਨਾਂ ਨੇ ਪਰਮਿਟਸ ਦੇ ਵਿੱਚ ਬਹੁਤ ਜ਼ਿਆਦਾ ਡਿਲੇ ਕੀਤਾ ਇਹਨਾਂ ਡਿਲੇ ਕੀਤਾ ਕਿ ਦੋਸਤੋਂ ਤੋਂ 250 ਦਿਨ ਲੱਗਦਾ ਸੀ ਆਪਾਂ ਨੂੰ ਪਰਮਿਟ ਅਚੀਵ ਕਰ ਲੈ ਜਿੱਥੇ ਕਿ ਜੇ ਆਮ ਕੰਟਰੀਜ਼ ਉਹਨਾਂ ਨੇ ਮੈਂਸ਼ਨ ਕੀਤਾ ਪਾਰਲੀਮੈਂਟ ਦੇ ਵਿੱਚ ਕਿ ਸਾਊਥ ਕੋਰੀਆ ਵਰਗੇ ਕੰਟਰੀਜ਼ ਦੇ ਵਿੱਚ 20 ਤੋਂ 28 ਦਿਨ ਦੇ ਵਿੱਚ ਤੁਸੀਂ ਪਰਮਿਟ ਲੈ ਲੈਨੇ ਹੋ ਆ ਜਿਹੜੇ ਗੇਟਕੀਪਰਸ ਨੇ ਉਹਨਾਂ ਨੇ ਬਹੁਤ ਜ਼ਿਆਦਾ ਇਸ ਇਨਫਰਾਸਟਰਕਚਰ ਦੇ ਵਿੱਚ ਰੋਕ ਲਾ ਕੇ ਰੱਖੀ ਜੀ ਗਵਰਨਮੈਂਟ ਜਦੋਂ ਉਹਨਾਂ ਨੂੰ ਇਨਫਰਾਸਟਰਕਚਰਲੀ ਮਨੀ ਲੈਂਡ ਕਰ ਰਹੀ ਸੀਗੀ ਤਾਂ ਜੇ ਉਹ ਆਪਣੇ ਗੇਟਕੀਪਰਸ ਦੇ ਨਾਲ ਗੱਲ ਕਰਦੀ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਪ੍ਰੋਸੈਸ ਜਿਹੜਾ ਸ਼ਾਰਟਨ ਕਰੋ ਇਹਨੂੰ ਜਿਹੜੀ ਆਪਾਂ ਨੂੰ ਲੋਡ ਪੈਣ ਵਾਲੀ ਹੈ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਮਾਂ ਸੀ ਜਦੋਂ ਸਾਨੂੰ ਇਹ ਇਸ ਚੀਜ਼ ਦਾ ਬਚਾਅ ਕੀਤਾ ਜਾ ਸਕਦਾ ਸੀਗਾ ਗਵਰਨਮੈਂਟ ਨੂੰ ਐਕਟ ਕਰਨਾ ਚਾਹੀਦਾ ਸੀ ਨਾ ਕਿ 7 ਸਾਲ ਕੀਮਤਾਂ ਵਧਦੀਆਂ ਰਹੀਆਂ ਹਾਂ ਹਾਂ ਉਦੋਂ ਬਾਅਦ ਹੁਣ ਤੁਸੀਂ ਇੱਕਦਮ ਆ ਕੇ ਜਿਹੜਾ ਕੈਰੀ ਜਾਗ ਪੈਂ ਮੈਂ ਮੇਰਾ ਸਵਾਲ ਇਹ ਹੈ ਕਿ ਬੈਂਕ ਪਹਿਲਾਂ ਸੁੱਤਾ ਪਿਆ ਸੀ ਬੈਂਕ ਕੋਲ ਇੱਕੋ ਹੀ ਕੰਮ ਆ ਬੈਂਕ ਨੇ ਹੋਰ ਕੋਈ ਕੰਮ ਨਹੀਂ ਕਰਨਾ ਹੁੰਦਾ ਸਿਵਾਏ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਿੱਚ ਇਕਨੋਮੀ ਦੀ ਗਰੋਥ ਨੂੰ ਸੈੱਟ ਰੱਖਣ ਵਿੱਚ ਆਪਣਾ ਰੋਲ ਨਿਭਾਉਣਾ ਹੁੰਦਾ ਇਹ ਪਿਛਲੇ 8-8 ਸਾਲਾਂ ਤੋਂ ਸੁੱਤੇ ਪਏ ਸੀ ਬਿਲਕੁਲ ਉਹਦੇ ਇਹਦੇ ਵਿੱਚ ਸਾਡੇ ਲਈ ਥੋੜਾ ਕੈਲਗਰੀ ਦੇ ਵਿੱਚ ਰਹਿਣ ਦੇ ਮੁਸ਼ਕਲ ਹੈ ਕਿਉਂਕਿ ਸਾਡੇ ਪ੍ਰਾਈਸ ਇਸ ਇਨੀਆ ਫਲਕਚੂਏਟ ਨਹੀਂ ਹੋਈਆਂ ਪਰ ਜਿਹੜੇ ਲੋਕ ਟ੍ਰਾਂਟੋ ਜਾਂ BC ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ 7-8 ਸਾਲ ਕਰਾਂ ਦੀਆਂ ਕੀਮਤਾਂ ਵਧਦੀਆਂ ਰਹੀਆਂ ਪਰ ਡੇ ਦੇ ਹਿਸਾਬ ਨਾਲ ਅੱਜ ਘਰ ਉਹ ਮਿਲੀਅਨ ਦਾ ਲੈਂਦੇ ਸਨ 2 ਦਿਨ ਬਾਅਦ ਸਵਾ ਮਿਲੀਅਨ ਦਾ ਵੇਚ ਦਿੰਦੇ ਹਾਂ ਹਾਂ ਬਿਲਕੁਲ ਸੋ ਉਹਦੇ ਵਿੱਚ ਕੁਝ ਲੋਕਾਂ ਨੇ ਫਾਇਦਾ ਵੀ ਕਿੱਢਿਆ ਲੇਕਿਨ ਉਸ ਉਹ ਸਮਾਂ ਸੀ ਕਿ ਜਦੋਂ ਪ੍ਰਾਈਸਾਂ ਵਧ ਰਹੀਆਂ ਸੀ ਉਸ ਵੇਲੇ ਉਹਦਾਂ ਨੇ ਇੱਕ ਇੱਕ ਗੱਲ ਹੋਰ ਮੈਂਸ਼ਨ ਕੀਤੀ ਕਿ 37000 ਫੈਡਰਲ ਗਵਰਨਮੈਂਟ ਦੀਆਂ ਜਿਹੜੀਆਂ ਬਿਲਡਿੰਗਾਂ ਆ ਜਿਉਂ ਨਾਲ ਵਿੱਚੋਂ 15% ਬਿਲਡਿੰਗਾਂ ਹੀ ਹਾਊਸਿੰਗ ਫੈਸਿਲਿਟੀ ਲਈ ਟਰਾਂਸਫਰ ਕਰ ਦਿੱਤੀਆਂ ਜਾਂਦੀਆਂ ਟਰਾਂਸਫਾਰਮ ਕਰ ਦਿੱਤੀਆਂ ਜਾਂਦੀਆਂ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਇਹ ਜਿਹੜਾ ਬੈਲੈਂਸ ਬਣਿਆ ਰਹਿ ਸਕਦਾ ਸੀ ਦੂਸਰੀ ਗੱਲ ਤੇ ਉਹਨਾਂ ਨੇ ਬਿਲਕੁਲ ਹੀ ਸਪਸ਼ਟ ਕਰ ਦਿੱਤਾ ਸੀ ਕਿ ਜਦੋਂ ਇੰਟਰਸਟ ਰੇਟ ਕਟੇ ਸਨ ਗਵਰਨਮੈਂਟ ਨੇ ਮਨੀ ਪ੍ਰਿੰਟ ਕਰ ਲਈ ਮਨੀ ਪ੍ਰਿੰਟ ਕਰ ਕੀਤੀ ਤੇ ਸੈਂਟਰਲ ਬੈਂਕ ਤੋਂ ਡੈਟ ਲੈ ਲਿਆ ਉਹਨਾਂ ਨੇ ਕਿਹਾ ਕਿ ਸਾਨੂੰ ਤੇ ਬਹੁਤ ਮਿਨਿਮਮ ਔਰ ਆਲਮੋਸਟ ਕਲੋਸ ਟੂ ਜ਼ੀਰੋ ਇੰਟਰਸਟ ਰੇਟ ਤੇ ਪੈਸਾ ਮਿਲਦਾ ਤੇ ਸਾਨੂੰ ਜਿੰਨਾ ਮਰਜੀ ਡੈਟ ਲੈਣ ਇਹ ਹਿਸਟਰੀ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ 3000 ਸਾਲ ਦਾ ਇਤਿਹਾਸ ਫੋਲ ਕੇ ਦੇਖ ਲਓ ਜਿਸ ਵੀ ਕੰਟਰੀ ਨੇ ਪੈਸਾ ਪ੍ਰਿੰਟ ਕੀਤਾ ਮਨੀ ਪ੍ਰਿੰਟ ਕੀਤੀ ਉਹਨੇ ਇੱਕ ਆਪਣੇ ਆਪ ਲਈ ਖੂਟ ਪਾਟ ਲਿਆ ਬਹੁਤ ਬਡਾ ਮੈਸ ਕ੍ਰੀਏਟ ਕਰ ਲਿਆ ਜਦੋਂ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜੀ ਨਹੀਂ ਕੋਵਿਡ ਹੈ ਜਾਂ ਹੋਰ ਚੀਜ਼ਾਂ ਨੇ ਸਾਨੂੰ ਪੈਸੇ ਦੀ ਲੋੜ ਹੈ ਸੋ ਸਸੀ ਡੈਟ ਲੈਣਾ ਜਿਹੜੀਆਂ ਬੈਂਕਾਂ ਸੀ ਉਹਨਾਂ ਨੇ ਕੀ ਕੀਤਾ ਗਵਰਨਮੈਂਟ ਆਫ ਗਵਰਨਮੈਂਟ ਦੇ ਕੋਲੋਂ ਜਿਹੜਾ ਆ ਪੈਸਾ ਘੱਟ ਵਿਆਜ ਦੇ ਉੱਤੇ ਲੈ ਲਿਆ ਤੇ ਉਹਨਾਂ ਨੂੰ ਹੀ ਬੈਂਕ ਆਫ ਕੈਨੇਡਾ ਨੂੰ ਵਾਪਸ ਕਰ ਦਿੱਤਾ ਹਾਈਸ ਡੀਲ ਰੇਟ ਉਹ ਆਪਣਾ ਪੈਸਾ ਬਣਾ ਕੇ ਸਿਰ 100 ਕੰਪਨੀਆਂ ਨੇ ਜਿਨ੍ਹਾਂ ਵਿੱਚ ਕਈ ਇੰਸ਼ੂਰੈਂਸ ਕੰਪਨੀਆਂ ਨੇ ਬੈਂਕਸ ਡੈਫੀਨਿਟਲੀ ਉਹਦੇ ਵਿੱਚ ਨੇ ਔਰ ਹੋਰ ਸਾਰੇ ਜਿਹੜੇ ਜਿਹੜੇ ਫਾਈਨੈਂਸ਼ੀਅਲ ਵੱਡੇ ਇੰਸਟੀਟਿਊਟ ਨੇ ਉਹਨਾਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੀ ਅਦਲਾ ਬਦਲੀ ਕਰਕੇ ਪੈਸਾ ਕਮਾਇਆ ਜਦੋਂ ਹੁਣ ਇਨਫਲੇਸ਼ਨ ਇੱਕ ਲੋਡ ਨਾਲ ਵਧ ਗਈ ਕੁਝ ਲੋਕਾਂ ਨੇ ਘਰ ਲੈ ਲੈ ਕੁਝ ਲੋਕਾਂ ਨੇ ਪ੍ਰਾਪਰਟੀਆਂ ਇਨਵੈਸਟ ਕਰ ਲਿਆ ਔਰ ਬੈਂਕਾਂ ਨੇ ਪੈਸਾ ਲੈਂਡ ਵੀ ਬਹੁਤ ਜ਼ਿਆਦਾ ਕਰ ਦਿੱਤਾ ਹੁਣ ਜਦੋਂ ਬੈਂਕ ਆਫ ਉਹਨਾਂ ਨੇ ਬੈਂਕ ਆਫ ਕੈਨੇਡਾ 'ਚ ਆਪਣਾ ਪੈਸਾ ਰੱਖਿਆ ਫਾਈਨੈਂਸ਼ੀਅਲ ਇੰਸਟੀਟਿਊਟ ਨੇ ਹੁਣ ਜਦੋਂ ਪੈਸਾ ਵੱਧ ਗਿਆ ਜਦੋਂ ਇੰਟਰਸਟ ਰੇਟ ਵੱਧ ਗਿਆ ਤਾਂ ਬੈਂਕਰ ਨੂੰ ਸਟਿਲ ਪ੍ਰੋਫਿਟ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਸੋ ওভার ਆਲ ਦੇ ਬੋਨਸ ਵਨ ਡੇ ਇਹਨਾਂ ਨੇ ਆਪਸ ਵਿੱਚ ਬੈਂਕ ਆਫ ਕੈਨੇਡਾ ਨੇ ਬੋਨਸ ਦਿੱਤੇ ਆਪਸ ਵਿੱਚ ਹਾਂਜੀ ਸੋ ਇਹ ਇਹ ਬਹੁਤ ਜ਼ਿਆਦਾ ਕਲੀਅਰ ਹੋ ਗਿਆ ਜਦ ਪਾਰਲੀਮੈਂਟ 'ਚ ਕੋਈ ਬੰਦਾ ਕਹਿ ਰਿਹਾ ਕਿ ਇਹ ਜਿਹੜੀ ਚੀਜ਼ਾਂ ਪਰ ਇਹ ਨਹੀਂ ਸਰ ਨਾਲੋਂ ਹੁਣ ਜਿਹੜੀਆਂ ਗਲਤੀਆਂ ਹੋਣੀਆਂ ਸੀ ਹੋ ਗਈਆਂ ਜਿਹੜੀਆਂ ਕਰਨੀਆਂ ਜਿਹੜੇ ਹੁਣ ਵਿਆਜ ਵਧਾ ਵਧਾ ਕੇ ਇਹੇ ਹੋਰ ਗਲਤੀ ਕਰ ਰਹੇ ਨੇ ਜਾਂ ਇਹ ਇਹ ਨੇ ਐਡਾ ਵੱਡਾ ਰੈਸੈਸ਼ਨ ਕ੍ਰੀਏਟ ਕਰ ਲੈਣਾ ਔਰ ਆਪ ਕ੍ਰੀਏਟ ਕਰ ਲੈਣਾ ਇੱਕ ਤਾਂ ਨੈਚੁਰਲ ਸੈਸ਼ਨ ਹੁੰਦਾ ਕਿ ਕੋਈ ਕਿਸੇ ਚੀਜ਼ ਕਰਕੇ ਐਸ ਵੇਲੇ ਸਪਲਾਈ ਵੀ ਡਿਮਾਂਡ ਦਾ ਵੀ ਇਸ਼ੂ ਹੈ ਹੋਰ ਜਿਹੜਾ ਆ ਇਸ਼ੂ ਨੇ ਉਹਨਾਂ ਨੇ ਵੀ ਮੈਂਸ਼ਨ ਕੀਤਾ ਸੀ ਕਿ ਕੈਨੇਡਾ ਕੋ ਦੁਨੀਆ ਵਿੱਚ ਦੂਜੇ ਨੰਬਰ ਤੇ ਸਭ ਨਾਲ ਵੱਧ ਲੈਂਡ ਹੈ ਜੀ ਔਰ ਪopulation ਬਹੁਤ ਘੱਟ ਹੈ ਪਰ ਦੁਨੀਆ ਦੇ ਵਿੱਚ ਵੈਨਕੂਵਰ ਦੀ ਜਿਹੜੀ ਘਰਾਂ ਦੀ ਪ੍ਰਾਈਸ ਹੈ ਉਹ ਪਹਿਲੇ ਨੰਬਰ ਤੇ ਹੈ ਇਹ ਦੋ ਚੀਜ਼ਾਂ ਆਪਸ ਵਿੱਚ ਮੇਲ ਹੀ ਨਹੀਂ ਖਾਂਦੀਆਂ ਚਲੋ ਜਿਹੜੀ ਜਗ੍ਹਾ ਤੇ ਵਿੱਚ ਜ਼ਮੀਨ ਦੀ ਸ਼ਾਰਟੇਜ ਹੈ ਜਿਸ ਕੰਟਰੀ ਦੇ ਕੋਲ ਉਨਤੇ ਪ੍ਰਾਈਸਿਜ਼ ਵਧ ਰਹੀਆਂ ਨੇ ਸਮਝ ਚ ਆਉਂਦਾ ਜਿਨ੍ਹਾਂ ਕੋ ਦੁਨੀਆ ਚ ਦੂਜੇ ਨੰਬਰ ਤੇ ਜ਼ਮੀਨ ਹੈ ਉਹ ਇੱਕ ਜਗ੍ਹਾ ਦੇ ਉੱਤੇ ਹੀ ਕਨਸੈਂਟਰੇਟ ਕਰਕੇ ਕਿਉਂ ਪ੍ਰਾਈਸਿਜ਼ ਵਧਾ ਰਹੇ ਨੇ ਆਪਣੇ ਇਨਫਰਾਸਟ੍ਰਕਚਰ ਨੂੰ ਆਪਣੇ ਸਿਟੀਜ਼ ਨੂੰ ਨਿਊ ਡਿਵੈਲਪਮੈਂਟ ਨੂੰ ਇਨ ਉਨੀ ਸਪੀਡ ਨਾਲ ਕਿਉਂ ਨਹੀਂ ਕਰ ਰਹੇ ਜਿੰਨੀ ਸਪੀਡ ਨਾਲ ਲੋੜ ਹੈ ਉਹ 5-7 ਸਾਲ ਬਾਅਦ ਹੀ ਤੇ ਆਇਆ ਹੁਣ ਲੱਗਾ ਜੀ ਇੰਟਰਸਟ ਰੇਟ ਇੰਟਰਸਟ ਰੇਟ ਡੈਫੀਨਿਟਲੀ ਬ੍ਰੇਕ ਹੈ ਪਰ ਜਿਹੜੀ ਗਵਰਨਮੈਂਟ ਦੀ ਐਕਸਟਰਾ ਸਪੈਂਡਿੰਗ ਹੈ ਜਿਹੜੀ ਡਿਫਿਟ ਹੈ ਜਿਹੜਾ 60 ਬਿਲੀਅਨ ਹੋੜ ਜਿਹੜਾ ਘਾਟ ਨੁਕਸਾਨ ਹੋ ਗਿਆ ਗਵਰਨਮੈਂਟ ਨੂੰ ਉਹ ਰੇਸ ਹੈ ਇਨਫਲੇਸ਼ਨ ਦੀ ਸੋ ਦੋਨੋਂ ਆਰਟੀਚ ਜੇ ਨਾ ਚਿਰ ਗਵਰਨਮੈਂਟ ਆਪਣੀ ਸਪੈਂਡਿੰਗ ਕੰਟਰੋਲ ਚ ਨਹੀਂ ਲਿਆਉਂਦੀ ਉਹ ਇਨਫਲੇਸ਼ਨ ਘਟ ਨਹੀਂ ਸਕਦੀ ਹੁਣ ਇਸ ਰੇਟ ਨੂੰ ਜਿਹੜਾ ਹੁਣ ਵਧ ਗਿਆ ਜਿੱਥੇ ਪਹੁੰਚ ਗਿਆ 4.75 ਤੇ ਚਲਾ ਗਿਆ ਜਿਹੜਾ ਬੈਂਚਮਾਰਕ ਕਿਹਾ ਹੈ ਇਸ ਰੇਟ ਨੂੰ ਵਧਣ ਤੋਂ ਰੋਕਣ ਵਾਸਤੇ ਇਹਨਾਂ ਵੱਲੋਂ ਹੋਰ ਕੀ ਕੀਤਾ ਜਾ ਰਿਹਾ ਜੀ ਰੇਟ ਨੂੰ ਵਧਣ ਨੂੰ ਰੋਕਣ ਵਾਸਤੇ ਜਿਹੜੀ ਆਪੋਜੀਸ਼ਨ ਪਾਰਟੀ ਹੈ ਸੋਲੀਵਰਥ ਨੇ ਉਹਨਾਂ ਨੇ ਕਿਹਾ ਕਿ ਇਹ ਕਾਫੀ ਹੋ ਗਿਆ ਉਹਨਾਂ ਨੂੰ 4-5 ਮਹੀਨੇ ਜਿਹੜੇ ਰੋਲਾ ਪਾਉਂਦੇ ਹਨ ਰੋਲਾ ਪਾਉਂਦੇ ਹਨ ਉਹਨਾਂ ਨੂੰ ਕਹਿੰਦੇ ਹਨ ਕਿ ਉਹਨਾਂ ਨੇ ਇੱਕ ਇਨਫਲੂਐਂਸਰੀ ਕਮੇਟੀ ਵੀ ਬਣਾਈ ਹੈ ਜਿਸ ਨੇ ਦੋ ਡਿਮਾਂਡਸ ਰੱਖੀਆਂ ਸਨ ਮੈਨੂੰ ਹਜੇ ਤੱਕ ਤੇ ਉਹਦੇ ਵਿੱਚ ਉਹਨਾਂ ਨੂੰ ਕੋਈ ਜ਼ਿਆਦਾ ਸਫਲਤਾ ਹਾਸਲ ਨਹੀਂ ਹੋਈ ਜਿ ਚ ਉਹਨਾਂ ਨੇ ਕਿਹਾ ਸੀ ਕਿ ਇਨਫਲੇਸ਼ਨ ਰੇਟ ਨੂੰ ਵੀ ਘਟਾਓ ਤੇ ਇੰਟਰਸਟ ਰੇਟ ਨੂੰ ਵੀ ਘਟਾਓ ਕੋਈ ਇਸ ਤਰ੍ਹਾਂ ਦਾ ਪਲਾਨ ਗਵਰਨਮੈਂਟ ਲੈ ਕੇ ਆਵੇ ਜਿਸ ਦੇ ਨਾਲ ਇਨਫਲੇਸ਼ਨ ਵੀ ਘਟੇ ਤੇ ਇੰਟਰਸਟ ਰੇਟ ਵੀ ਘਟ ਰਹਿਣ ਔਰ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਨੋ ਨਿਊ ਕਾਰਬਨ ਟੈਕਸ ਜਿਹੜੀ ਸਾਡੀ ਦੋ ਡਿਮਾਂਡਸ ਨੇ ਪਿਛਲੇ ਬਜਟ ਦੇ ਵਿੱਚ ਪਰ ਇਹ ਉਹਨਾਂ ਨੇ ਉਹਦੇ ਲਈ ਕੋਈ 900 ਪੇਜਾਂ ਦੀਆਂ ਐਮੈਂਡਮੈਂਟਸ ਔਰ ਹੋਰ ਕਾਫੀ ਲੈਕਚਰਸ ਸਪੀਚਸ ਐਕਸਪਲੇਨੇਸ਼ਨ ਦਿੱਤੀਆਂ ਪਰ ਗਵਰਨਮੈਂਟ ਦਾ ਕਹਿਣਾ ਹੈ ਕਿ ਆਪੋਜੀਸ਼ਨ ਜਿਹੜੀ ਸਾਨੂੰ ਰੋਕ ਰਹੀ ਹੈ ਸਪੈਂਡਿੰਗ ਕਰਨ ਤੋਂ ਅਸੀਂ ਜਿਹੜੀ ਲੋੜਵੰਦਾਂ ਦੇ ਲਈ ਚਾਈਲਡ ਟੈਕਸ ਬੈਨੀਫੀਟਰ ਡੈਂਟਲ ਕੇਅਰ ਜਾਂ ਹੋਰ ਤਰੀਕੇ ਦੀ ਸਹੂਲਤਾਂ ਲੋਕਾਂ ਨੂੰ ਪਹੁੰਚਾਉਣੀ ਚਾ ਰਹੇ ਆ ਜਾਂ ਲੋਕਾਂ ਦੀ ਹੈਲਪ ਕਰਨੀ ਚਾ ਰਹੇ ਆ ਇਹ ਸਾਨੂੰ ਉਸ ਸਪੈਂਡਿੰਗ ਤੋਂ ਰੋਕ ਰਹੇ ਨੇ ਸੋ ਦੋਨਾਂ ਦਾ ਆਪੋ ਆਪਣਾ ਕਹਿਣਾ ਪਰ ਇਹਦੇ ਵਿੱਚ ਇੱਕ ਜਿਹੜੀ ਖਾਸ ਗੱਲ ਉੱਭਰ ਕੇ ਆਈ ਜਿਹੜੀ ਕਿਸੇ ਨੇ ਕਲੀਅਰ ਕੀਤੀ ਹੈ ਕਿ ਇਹ ਨਹੀਂ ਹੈ ਕਿ ਇੰਟਰਸਟ ਰੇਟ ਵਧਾ ਦਿਓ ਤੇ ਮਹਿੰਗਾਈ ਘਟ ਜਾਏਗੀ ਉਹਨਾਂ ਨੇ ਕਲੀਅਰ ਕੀਤਾ ਕਿ ਮਹਿੰਗਾਈ ਦੇ ਵਧਣ ਦੇ ਵਿੱਚ ਇਸ ਵੇਲੇ ਇੱਕ ਮੇਜਰ ਫੈਕਟਰ ਹੈ ਗਵਰਨਮੈਂਟ ਸਪੈਂਡਿੰਗ ਦਾ ਹੋਰ ਸੈਕਟਰਸ ਦਾ ਉਹਨਾਂ ਨੂੰ ਵੀ ਟੈਕਲ ਕਰਕੇ ਜਿਹੜੀ ਹੈ ਇਹ 인ਫਲੇਸ਼ਨ ਘਟਾਈ ਜਾ ਸਕਦੀ ਹੈ ਨਾ ਕਿ ਸਿਰਫ ਇੰਟਰਸਟ ਰੇਟ ਵਧਾ ਕੇ ਇਸ ਨੂੰ ਲੋਕਾਂ ਦੀ ਜਦੋਂ ਜੇਬ ਚ ਪੈਸੇ ਨਾ ਰਹੇ ਉਹ ਖਰਚਣਾ ਬੰਦ ਕਰ ਦੇਣਗੇ ਇਹਦੀ ਹੋਰ ਵੀ 인ਫਲੇਸ਼ਨ ਜਦੋਂ ਘਟ ਜਾਂਦੀ ਹੈ ਤਾਂ ਹੋਰ ਵੀ ਚੀਜ਼ਾਂ ਘਟਦੀਆਂ ਨੇ ਜੌਬ ਸੈਕਟਰ ਹੋ ਗਿਆ ਅ ਬਿਜ਼ਨਸ ਓਪਰਚ्युनिटीज ਹੋ ਗਈਆਂ ਕਈ ਬਿਜ਼ਨੈਸ ਜਿਹੜੇ ਆ ਉਹ ਇਹ ਜਿਹੜੇ ਫੇਕ ਜਾਂ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਰੈਸੈਸ਼ਨ ਇਹ ਇਹ ਇਸ ਤੋਂ ਕਵਰ ਕਰਨ ਲਈ ਕਈ ਸਾਲ ਲੱਗ ਜਾਣਗੇ ਜੇ ਇਹਨੂੰ ਹੁਣ ਸਮੇਂ ਸਿਰ ਨਾ ਰੋਕਿਆ ਗਿਆ ਆ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਾਂ ਸਾਨੂੰ ਕਿਸੇ ਇੱਕ ਵਰਡ ਦੇ ਨਾਲ ਮੈਚ ਕਰਕੇ ਜੇ ਦੁਨੀਆ ਇੰਨੀ ਸਿੰਪਲ ਹੁੰਦੀ ਕਿ ਇੰਟਰਸਟ ਰੇਟ ਵਧਾ ਦਿਓ ਇਨਫਲੇਸ਼ਨ ਘਟਾ ਦਿਓ ਫਿਰ ਤਾਂ ਮਸਲੇ ਹੀ ਫਿਰ ਤਾਂ ਬਹੁਤ ਸਿੰਪਲ ਖਤਮ ਹੋ ਜਾਈ ਪਹਿਲੀ ਵਾਰੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਜਿਹੜੀ ਸੈਂਟਰਲ ਬੈਂਕ ਹੈ ਉਹ ਲਾਸ ਦੇ ਵਿੱਚ ਚੱਲ ਰਹੀ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਹੈ ਇਹ ਪਹਿਲੀ ਵਾਰੀ ਹੋਇਆ ਹੈ ਪਹਿਲੀ ਵਾਰੀ ਹੋਇਆ ਸੋ ਇਹ ਜਿਹੜੇ ਬੌਂਡ ਦੇ ਰੇਟ ਸੀ ਉਹ ਇਹਨਾਂ ਨੂੰ ਆਸ ਸੀ ਕਿ ਵੱਧ ਜਾਣਗੇ ਨਹੀਂ ਬਣੀ ਗੱਲ ਉੱਥੇ ਉੱਥੇ ਹੀ ਬੈਠੇ ਅਸੀਂ ਹਾਂਜੀ ਸੋ ਇਹ ਪਹਿਲੀ ਵਾਰੀ ਹੋਇਆ ਔਰ ਬਸ ਇੱਕੋ ਜਿਹੜੀ ਚੀਜ਼ ਹੈ ਜਾਂ ਜਿਹੜਾ ਉਹਨਾਂ ਨੇ ਆਪਣਾ ਐਕਸ਼ਨ ਪਲਾਨ ਬਣਾਇਆ ਹੋਇਆ ਹੈ ਕਿ ਜਿੰਨਾ ਚਿਰ ਤੁਸੀਂ ਮਹਿੰਗਾਈ ਨਹੀਂ ਘਟਦੀ ਅਸੀਂ ਵਿਆਜ ਵਧਾਈ ਜਾਵਾਂਗੇ ਇਹ ਕੋਈ ਬਾਲਾ ਪੁਖਤਾ ਪਲਾਨ ਨਹੀਂ ਹੈ ਦੇ ਨਾਲ ਹੋਰ ਵੀ ਬਹੁਤ ਚੀਜ਼ਾਂ ਦੀ ਲੋੜ ਹੈ ਹੋਰ ਵੀ ਬਹੁਤ ਚੀਜ਼ਾਂ ਲਾਗੂ ਕਰਨ ਦੀ ਬਹੁਤ ਸਾਰੇ ਰੂਲਸ ਲਿਆਉਣ ਦੀ ਬਹੁਤ ਸਾਰਾ ਬੈਲੈਂਸਡ ਬਜਟ ਜਿਹਨੂੰ ਕਹਿ ਰਹੀ ਹੈ ਕੰਜ਼ਰਵੇਟਿਵ ਗਵਰਨਮੈਂਟ ਉਹ ਲਿਆਉਣ ਦੀ ਜਲਦ ਤੋਂ ਜਲਦ ਲੋੜ ਹੈ ਲਿਬਰਲ ਗਵਰਨਮੈਂਟ ਕਹਿ ਰਹੀ ਹੈ ਕਿ 2026-2027 ਤੱਕ ਅਸੀਂ ਬਜਟ ਬੈਲੈਂਸਡ ਕਰ ਦਿਆਂਗੇ ਤੇ ਚਲੋ ਬੈਕ ਟੂ ਪਵਿਲੀਅਨ ਆਪਾਂ ਆਪਣੇ ਖਰਚੇ ਵਾਪਸ ਪਰਤਦੇ ਹਾਂ ਕੈਲਗਰੀ ਜੀ ਕਾਲਕਰੀ ਵਿੱਚ ਰਹਿਣ ਵਾਲੇ ਲੋਕ ਜਿਹੜੇ ਰੈਂਟ ਤੇ ਰਹਿ ਰਹੇ ਨੇ ਤੇ ਉਹ ਘਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਹੀ ਹੁਣ ਹੁਣ ਵੇਟ ਕਰਨੀ ਚਾਹੀਦੀ ਆ ਕਿ ਘਰ ਲੈਣ ਵਾਲ ਕਦੋਂ ਬਤਾਉਣ ਹਣੋ ਜੀ 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 ਬੈਸਟ ਅਨਸਰ ਇਹ ਹੈ ਕਿ ਜਿਹੜੇ ਆਪਣੇ ਘਰ ਲੈਣਾ ਚਾਹੁੰਦੇ ਨੇ ਨਿਊ ਟੂ ਕੈਨੇਡਾ ਨੇ ਉਹ ਚਾਹੇ ਰੈਂਟ ਦੇ ਰਹੇ ਨੇ ਤੇ ਉਹਨਾਂ ਲਈ ਇੱਕ ਘਰ ਲੈਣਾ ਇੱਕ ਜ਼ਰੂਰਤ ਬਣ ਜਾਂਦੀ ਹੈ ਜਾਂ ਜਿਹੜੇ ਅ ਜਿੰਨੇ ਕਿ ਆਪਾਂ ਕਿਹਾ ਯੂਥ ਜਿਹੜਾ ਕਿ ਹੁਣ ਪੜ੍ਹਾਈ ਕਰਕੇ ਔਰ এডਿਕੇਸ਼ਨ ਕਰ ਰਿਹਾ ਹੈ ਉਹ ਜਿਹੜੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਉਹ ਉਹਨੂੰ ਉਹਦੀ ਸੇਵਿੰਗ ਜਿਹੜੀ ਹੈ ਉਹਨੂੰ ਇਨਵੈਸਟ ਕਰਨਾ ਚਾਹੁੰਦਾ ਹੈ ਆਪਣੇ ਘਰ ਲੈ ਕੇ ਆਪਣੀ ਸ਼ੁਰੂਆਤ ਕਰਨਾ ਚਾਹੁੰਦਾ ਹੈ ਤਾਂ ਜੋ 30 ਸਾਲ ਦਾ ਜਿਹੜਾ ਬੱਚਾ ਹੈ ਉਹ 55 ਤੱਕ ਆਪਣਾ ਘਰ ਪੇਅ ਆਫ ਕਰ ਲਵੇ ਸੋ ਉਸਨੂੰ ਰੁਕਣਾ ਨਹੀਂ ਚਾਹੀਦਾ ਇਸ ਗੱਲ ਨਾਲੋਂ ਪਰ ਸਰ ਨੂੰ ਬੈਸਟ ਜਿਹੜਾ ਇਹਦੀ ਮੈਂ ਅਨਸਰ ਇਹ ਕਰੂੰਗਾ ਕਿ ਆਪਾਂ ਨੂੰ ਆਪਣੇ ਹਾਲਾਤ ਦੇਖ ਕੇ ਉਹਦੇ ਮੁਤਾਬਿਕ ਹੀ ਕਰ ਲੈਣਾ ਚਾਹੀਦਾ ਹੈ ਕਰ ਲਾਈਫ ਦੀ ਬਹੁਤ ਵੱਡੀ ਇਨਵੈਸਟਮੈਂਟ ਹੈ ਜੀ ਆਪਾਂ ਕਹੀਏ ਨੂੰ ਸਸਤੇ ਟਾਈਮ 'ਚ ਲੈਣਾ ਹੈ ਜਾਂ ਅਸੀਂ ਮਹਿੰਗੇ ਇੰਟਰਸਟ ਰੇਟ ਦੇ ਦੌਰ ਵਿੱਚ ਲੈਣਾ ਹੈ ਜਿਹੜਾ ਫਸਟ ਹੁੰਮੈਂ ਜਿਹੜਾ ਪ੍ਰਿੰਸੀਪਲ ਰੈਜ਼ਿਡੈਂਸ ਹੈ ਇਹ ਚੀਜ਼ਾਂ ਜਿਆਦਾ ਇਫੈਕਟ ਇਨਵੈਸਟਰਸ ਨੂੰ ਕਰਦੀਆਂ ਨੇ ਪਰ ਜਿਹੜਾ ਪ੍ਰਿੰਸੀਪਲ ਰੈਜ਼ਿਡੈਂਸ ਹੈ ਉਹਦੇ ਲਈ ਹੋਰ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਾਡੀ ਜ਼ਰੂਰਤ ਕਿੰਨੀ ਹੈ ਅੱਜ ਆਉਣ ਵਾਲੇ ਸਮੇਂ ਵਿੱਚ ਸਾਨੂੰ ਕਿੰਨੀ ਜ਼ਰੂਰਤ ਹੋਏਗੀ ਕਿੰਨਾ ਕੁ ਸਾਡੀ ਜਿਹੜੀ ਜੇਬ ਹੈ ਉਹ ਇਸ ਖਰਚੇ ਨੂੰ ਝੱਲ ਸਕਦੀ ਹੈ ਫੈਮਿਲੀ ਕਿੱਡੀ ਵੱਡੀ ਹੈ ਕੀ ਏਜ ਹੈ ਬੱਚਿਆਂ ਦੀ ਕਿੰਨਾ ਚਿਰ ਇਕੱਠੇ ਰਹਿਣਾ ਜਾਂ ਫੈਮਲੀ ਅੱਗੇ ਮੂਵ ਔਨ ਹੋਣ ਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਦਿਮਾਗ ਦੇ ਵਿੱਚ ਗੱਲ ਕਰਕੇ ਔਰ ਆਪਣੇ ਸਪੈਸ਼ਲੀ ਫਾਈਨੈਂਸਿਸ ਨੂੰ ਇਨਕਮ ਨੂੰ ਜਾਂ ਬੱਚੇ ਛੋਟੇ ਨੇ ਕਾਲਜ ਯੂਨੀਵਰਸਿਟੀ ਜਾਣਾ ਸ਼ੁਰੂ ਕਰਨ ਵਾਲੇ ਨੇ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਆਪਣੀ ਲੋੜ ਮੁਤਾਬਕ ਕਰ ਲੈਣਾ ਚਾਹੀਦਾ ਨਾ ਕਿ ਲੋਕ ਦਿਖਾਵੇ ਦੇ ਵਿੱਚ ਲੋਕਾਂ ਨੇ ਇੱਕ ਦਿਨ ਆ ਕੇ ਕਹਿ ਦੇਣਾ ਬਹੁਤ ਵਧੀਆ ਜੀ ਤੁਸੀਂ ਵੱਡਾ ਕਰ ਲੈ ਲਿਆ ਤੇ ਮੁੜ ਕੇ ਜੇ ਕੋਈ ਅਨਹੋਣੀ ਹੋ ਗਈ ਜਾਂ ਕੋਈ ਤੇ ਪ੍ਰੋਬਲਮ ਪੈ ਗਈ ਹੈਲਪ ਦਾ ਕਿਸੇ ਨੇ ਕੀ ਕਰਨੀ ਪਰ ਰੋਜ਼ ਗੱਲਾਂ ਕਰਨੀਆਂ ਜੀ ਉਹ ਫਲਾਨਾ ਇਦਾਂ ਸੀ ਫਲਾਨਾ ਇਦਾਂ ਸੀ ਸੋ ਉਸ ਕਰਕੇ ਇਹ ਬੈਸਟ ਚੀਜ਼ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਰੈਡੀ ਹੋ ਤਾਂ ਜ਼ਰੂਰ ਕਰ ਦੇਖੋ ਆ ਮਾਰਕੀਟ ਦੇ ਵਿੱਚ ਜਿਹੜੇ ਸਮੇਂ ਦੇ ਵਿੱਚ ਅੱਜ ਇੰਟਰਸਟ ਰੇਟ ਦਾ ਰੌਲਾ ਚੱਲ ਰਿਹਾ ਕੁਝ ਸਮਾਂ ਪਹਿਲਾਂ ਦੇਖਿਆ ਅਪਕਰਾਂ ਦਾ ਦੇਖ ਰਿਹਾ ਕਿਉਂਕਿ ਮਾਰਕੀਟ ਦੇ ਵਿੱਚ ਕੁਛ ਨਾ ਕੁਛ ਤੇ ਚੱਲਣਾ ਹੀ ਹੈ ਕਦੇ ਇਨਵੈਂਟਰੀ ਘਟ ਜਾਂਦੀ ਹੈ ਕਦੇ ਇੰਟਰਸਟ ਰੇਟ ਵੱਧ ਜਾਂਦੇ ਨੇ ਕਦੇ ਬਿਲਡਰਾਂ ਕੋਲ ਆਟਾ ਮੁੱਕ ਜਾਂਦੀਆਂ ਨੇ ਸੋ ਉਹ ਇੱਕ ਅਲੱਗ ਸੈਕਟਰ ਹੈ ਪਰ ਪਹਿਲਾਂ ਆਪਣੇ ਆਪ ਨਾਲ ਆਪਣੀ ਫੈਮਲੀ ਦੇ ਵਿੱਚ ਆਪਣੀ ਲੋਡ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਇਨਕਮ ਦੇ ਹਿਸਾਬ ਨਾਲ ਉਸ ਤਰ੍ਹਾਂ ਦਾ ਕਰ ਲਓ ਲੋਕ ਦਿਖਾਵੇ ਦੇ ਵਿੱਚ ਆਪਾਂ ਨਾ ਪੀਏ ਯੈਸ ਤੇ ਕਿਹੜੇ ਵਰਗ ਤੇ ਇਸ ਦਾ ਸਭ ਤੋਂ ਜ਼ਿਆਦਾ ਫਰਕ ਪੈ ਰਿਹਾ ਜੀ ਗਰੀਬਾਂ ਤੇ ਮਿਡਲ ਕਲਾਸ ਤੇ ਕਿ ਅਮੀਰਾਂ ਤੇ ਅੱਜ ਸਰਟੇ ਮਕਲਫ ਜਿਨ੍ਹਾਂ ਨੇ ਜਿਨ੍ਹਾਂ ਦੀ ਇਨਕਮ ਹੈ 4.5 ਤੋਂ 5 ਲੱਖ ਡਾਲਰ ਕਹਿੰਦੇ ਨੇ ਇਕ ਵਰਗ ਉਹ ਹੈ ਇੱਕ ਮਿਡਲ ਕਲਾਸ ਹੈ ਜਿਹੜੇ 10000 ਫੈਮਿਲੀ ਇਨਕਮ ਹੈ 1 ਲੱਖ ਸਵਾ ਲੱਖ ਸਾਲ ਦੀ ਸੋ ਉਹਨੂੰ ਆਪਾਂ ਮਿਡਲ ਕਲਾਸ ਦੇ ਵਿੱਚ ਕਹਿ ਦੁੰਦੇ ਆ ਜਾਂ ਉਦੋਂ ਥੱਲੇ ਜਿਹੜੇ ਕਿਸੇ ਕਾਰਨ ਕੰਮ ਜਾਂ ਕੁਝ ਨਹੀਂ ਕਰ ਰਹੇ ਪੂਰ ਫੈਮਿਲੀਸ ਦੇ ਵਿੱਚ ਆ ਜਾਂਦੇ ਨੇ ਸੋ ਡੈਫੀਨੇਟਲੀ ਜਿਹੜੀ ਹਾਇਰ ਕਲਾਸ ਹੈ ਉਹਨਾਂ ਨੂੰ ਇਨਫਲੇਸ਼ਨ ਤੋਂ ਇੱਕ ਚੀਜ਼ ਚ ਪ੍ਰੋਬਲਮ ਹੈ ਕਿ ਉਹਨਾਂ ਕੋ ਪੈਸਾ ਹੈ ਉਹ ਦੁਨੀਆ ਚ ਟਰੈਵਲ ਕਰਨਾ ਚਾਹੁੰਦੇ ਨੇ ਟਰੈਵਲ ਬੜਾ ਐਕਸਪੈਂਸਿਵ ਹੋਇਆ ਹੈ ਸੋ ਉਹ ਜਿਹੜੀਆਂ ਜਿਹੜੀ ਚੀਜ਼ ਹੈ ਹਾਇਰ ਕਲਾਸ ਨੂੰ ਇਫੈਕਟ ਕਰ ਰਹੀ ਹੈ ਜਿਹੜੀ ਮੀਡਲ ਕਲਾਸ ਨੂੰ ওভারঅল ਸਾਰਨੋਂ ਜ਼ਿਆਦਾ ਇਫੈਕਟ ਹੈ बिकॉज ਉਹ ਅਚੀਵ ਕਰਨਾ ਚਾਹੁੰਦੇ ਨੇ ਮਿਹਨਤ ਕਰਦੇ ਨੇ 1000 1500 ਦੀ ਨੌਕਰੀ ਲਈ ਟੈਮਪੋਰਟਨ ਸਾਬੇ ਤੇ ਮਹੀਨਾ ਮਹੀਨਾ ਖੜੇ ਰਹਿਣਾ ਟਰੱਕ ਚਲਾਉਣਾ ਟੈਕਸੀ ਚਲਾਉਣੀ ਬਹੁਤ ਹੀ ਮਿਹਨਤ ਕਰਕੇ 5 ਤੋਂ 10000 ਡਾਲਰ ਫੈਮਲੀ ਨੇ ਹਰ ਮਹੀਨੇ ਇਨਕਮ ਕਰੇ ਲੈ ਕੇ ਆਉਣੀ ਔਰ ਉਹ ਇਨਕਮ ਦੇ ਨਾਲ ਅੱਗੇ ਵਧਣਾ ਚਾਹੁੰਦੇ ਨੇ ਆਪਣਾ ਕਾਰ ਗੱਡੀ ਉਹ ਸਾਰੀਆਂ ਚੀਜ਼ਾਂ ਅਚੀਵ ਕਰਨਾ ਚਾਹੁੰਦੇ ਨੇ ਸੋ ਉਹ ਸਾਰਾ ਕੁਝ ਸਰ ਨੂੰ ਜ਼ਿਆਦਾ ਉਹਨਾਂ ਨੂੰ ਇਫੈਕਟ ਹੋਇਆ ਮੀਡਲ ਕਲਾਸ ਨੂੰ ਜਿਹੜਾ ਇਹਦੇ ਵਿੱਚ ਇਫੈਕਟ ਦੇਖਣ ਨੂੰ ਮਿਲ ਰਿਹਾ ਹੈ ਸਰ ਤੇ ਤੁਹਾਡੇ ਨਾਲ ਜੇ ਕੰਟੈਕਟ ਕਰਨਾ ਹੋਵੇ ਤਾਂ ਕਿਵੇਂ ਹੋ ਸਕਦਾ ਕਿੱਥੇ ਹੋ ਸਕਦਾ ਜੀ ਇਹ 576 ਤੋਂ 7000 ਜਿਵੇਂ ਕਿ ਤੁਸੀਂ ਸ਼ੁਰੂ ਚ ਹੀ ਮੈਂਸ਼ਨ ਕੀਤਾ 7000 ਨੰਬਰ ਹੈ ਜੀ ਤੇ 7 ਵੈਸਟ ਵਿੰਡ ਕ੍ਰੈਸਿੰਗ ਦੇ ਵਿੱਚ ਲੱਗ ਲੀ ਮੇਰਾ ਆਫਿਸ ਹੈ ਪ੍ਰੇਰੀਵੈਂਟ ਪਾਰਕ ਦੇ ਸਾਹਮਣੇ ਤੇ ਉੱਥੇ ਸੰਪਰਕ ਕਰ ਸਕਦੇ ਹੋ ਤੁਹਾਡੀ ਗੱਡੀ ਦਾ ਕੀ ਨੰਬਰ ਗੱਡੀ ਦਾ ਨੰਬਰ ਜੀ ਜੀ ਐਸ ਮਾ ਨਹੀਂ ਲਿਆ ਹੋਇਆ ਉਸ ਦਿਨ ਤਾਂ ਪਰ ਸ਼ੁਰੂ ਤੋਂ ਉਦੋਂ ਚੱਲੀ ਜਾਂਦਾ ਚਲ ਬੜੀ ਮਿਹਰਬਾਨੀ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਸ਼ੁਕਰੀਆ ਜੀ ਥੈਂਕ ਯੂ ਰੀਸੀ ਜੀ ਥੈਂਕ ਯੂ ਫॉर ਇਨਵਾਈਟਿੰਗ ਮੀ